ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵਿਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਜੇ ਭੁੱਲੀ ਜੇ ਚੁੱਕੀ ਸਾਈ, ਭੀਤ ਹਿੰਜੀ ਕਾਂਡੀਆ। ਜਿਨ੍ਹਾਂ ਨੇ ਦੂਜਾਣੇ ਲਾਗਾ, ਚੂਰ ਮਰੋ ਸੇਵਾਂਡੀਆ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ। ਇਹ ਮਹਿੰਜਾ ਆਸਰਾ, ਜਿਉਂ ਬੁਲਾਵ ਹੈ ਤਿਉਂ ਬੁੱਲ ਹੈ ਸਵਾਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਸਾਹਿਬ ਜੀਓ। ਸੂਰਜ ਦੈ ਘਰ ਚੰਦਰਮਾ, ਵੈਰ ਵਿਰੋਧ ਉਠਾਵੈ ਕੀਤੈ। ਸੂਰਜ ਆਵੈ ਚੰਦਰ ਘਰ, ਵੈਰ ਵਿਸਾਰ ਸੰਭਾਲੈ ਹਿਤੈ। ਸੂਰਜ ਦੈ ਘਰ ਚੰਦਰਮਾ, ਵੈਰ ਵਿਰੋਧ ਉਠਾਵੈ ਕੀਤੈ। ਸੂਰਜ ਆਵੈ ਚੰਦਰ ਘਰ, ਵੈਰ ਵਿਸਾਰ ਸੰਭਾਲੈ ਹਿਤੈ। ਜੋਤੀ ਜੋਤ ਸਮਾਏ ਕੈ, ਪੂਰਨ ਪਰਮ ਜੋਤ ਚਿੱਤ ਚੇਤੈ। ਲੋਕ ਭੇਦ ਗੁਣ ਗਿਆਨ ਮਿਲ, ਪਿਰਮ ਪਿਆਲਾ ਮਜਲਸ ਭੇਤੈ। ਛੇ ਰੁੱਤੀ ਛੇ ਦਰਸ਼ਨਾ, ਇੱਕ ਸੂਰਜ ਗੁਰ
ਗਿਆਨ ਸਮੇਤੈ ਮਜ਼ਹਬ ਵਰਨ ਸਪਰਸ਼ ਕਰ ਅਸ਼ਟ ਧਾਤ ਇੱਕ ਧਾਤ ਸੋ ਖੇਤੈ ਨੌ ਘਰ ਥਾਪੇ ਨਵੇਂ ਅੰਗ ਦਸਮਾ ਸੁਨ ਲੰਘਾਏ ਅਗੇਤੈ ਨੀਲ ਅਨੀਲ ਅਨਾਹ ਦੋ ਨਿਚਰ ਧਾਰ ਅਪਾਰ ਸਨੇਤੈ ਵੀ ਇੱਕ ਹੀ ਅਲੇਖ ਲੇਖ ਸੰਖ ਅਸੰਖ ਨਾ ਸਤ ਜੁਗ ਤ੍ਰੇਤੈ ਚਾਰ ਵਰਨ ਤੰਬੋਲ ਰਸ ਦੇਵ ਕਰੇਂਦਾ ਪਸ਼ੂ ਪਰੇਤੈ ਫਕਰ ਦੇਸ ਕਿਉਂ ਮਿਲੈ ਦਮਿਤੈ ਫਕਰ ਦੇਸ ਕਿਉਂ ਮਿਲੈ ਦਮਿਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜੀਓ ਵਡਭਾਗੇ ਹੋ ਆਪ ਜੀ ਸਜੇ ਹੋਏ ਸੁੰਦਰ ਪਾਵਨ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਆਪ ਜੀ ਨੇ ਗੁਰਮੁਖ ਪਿਆਰਿਆਂ ਕੋਲੋਂ ਦਾਸ ਤੋਂ ਪਹਿਲਾਂ ਧੁਰ ਕੇ ਅੰਮ੍ਰਿਤਮਈ ਪਵਿੱਤਰ ਅਕਾਲੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਗਰੀਬ ਨਿਵਾਜ ਸਤਿਗੁਰ ਜੀ ਕਿਰਪਾ ਕਰਨ ਸਾਨੂੰ ਇਸੇ ਤਰ੍ਹਾਂ ਹੀ ਰੋਜ਼ਾਨਾ ਸਤਸੰਗਤ ਵਿੱਚ ਜੁੜ ਬੈਠਣ ਦਾ ਸੁਭਾਗ ਬਲ ਉੱਦਮ ਅਤੇ ਪ੍ਰੇਰਨਾ ਬਖਸ਼ਿਸ਼ ਕਰਦੇ ਰਹੇ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਨੇ ਦਾਸ ਕੋਲੋਂ ਜਿਸ ਪੌੜੀ ਦਾ ਪਾਠ ਸਰਵਣ ਕੀਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਵਿੱਤਰ ਰਸਨਾ ਰਾਹੀਂ ਉਚਾਰਨ ਕੀਤੀਆਂ ਹੋਈਆਂ ਵਾਰਾਂ ਦੇ ਵਿੱਚੋਂ 39ਵੀਂ ਵਾਰ ਦੀ ਇਹ 5ਵੀਂ ਪੌੜੀ ਹੈ। ਇਸ ਪੌੜੀ ਦੇ ਰਾਹੀਂ ਜੋ ਭਾਈ ਗੁਰਦਾਸ ਜੀ ਸਾਨੂੰ ਗੁਰਮਤਿ ਦਾ ਮਹਾਨ ਫਲਸਫਾ ਸਮਝਾ ਰਹੇ ਹਨ, ਇਸ ਫਲਸਫੇ ਨੂੰ ਸਮਝਣ ਲਈ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਵਿਚਾਰ ਦੇ ਨਾਲ ਸਾਂਝ ਬਣਾਈਏ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਇਸ ਪੌੜੀ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਸਿਧਾਂਤ
ਭਾਈ ਗੁਰਦਾਸ ਜੀ ਸਮਝਾ ਰਹੇ ਨੇ ਜਿਹੜੇ ਪਰਮਾਤਮਾ ਨੂੰ ਸਦਾ ਚੇਤੇ ਰੱਖਦੇ ਹਨ ਉਹ ਗੁਰਮੁਖ ਪਿਆਰੇ ਮਨੁੱਖ ਮਾਇਆ ਦਾ ਪ੍ਰਭਾਵ ਆਪਣੇ ਉੱਤੇ ਕਦੇ ਵੀ ਪੈਣ ਨਹੀਂ ਦਿੰਦੇ। ਇਹ ਸਭ ਗੁਰੂ ਦੀ ਬਰਕਤ ਸਦਕਾ ਹੁੰਦਾ ਹੈ। ਉਹਨਾਂ ਕੋਲ ਮਾਇਆ ਹੁੰਦੀ ਹੈ, ਇਹ ਨਹੀਂ ਮਾਇਆ ਨਹੀਂ ਹੁੰਦੀ। ਪਰ ਗੁਰੂ ਮਹਾਰਾਜ ਨੇ ਵੀ ਆਪਣੇ ਗੁਰਸਿੱਖਾਂ ਨੂੰ ਸਰੀਰਕ ਪਰਿਵਾਰਕ ਨਿਰਵਾਹ ਕਰਨ ਦੇ ਲਈ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ, ਜਿਹਦਾ ਸਿੱਧਾ ਭਾਵ ਕਿ ਭਾਈ ਧਨ ਦੌਲਤ ਜੋ ਉਸਨੂੰ ਕਮਾਓ, ਕਮਾਉਣ ਦੇ ਲਈ ਨੌਕਰੀ ਚਾਕਰੀ ਖੇਤੀਬਾੜੀ ਵਪਾਰ ਇਹਨਾਂ ਸਾਰੇ ਕੰਮਾਂ ਦੇ ਵਿੱਚ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਪਾਇਆ। ਪਰ ਹਰ ਕੰਮ ਨੂੰ ਕਰਨ ਸਮੇਂ ਇਹ ਹਦਾਇਤ ਦਿੱਤੀ ਵੀ ਉਹ ਕੰਮ ਧਰਮ ਦਾ ਹੋਏ, ਹੱਕ ਦਾ ਹੋਏ। ਇਸ ਤਰ੍ਹਾਂ ਗੁਰਸਿੱਖਾਂ ਦੇ ਕੋਲ ਮਾਇਆ ਹੁੰਦੀ ਤਾਂ ਜ਼ਰੂਰ ਹੈ, ਪਰ ਮਾਇਆ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾਉਂਦੀ। ਰੱਬ ਨੂੰ ਜਿਹੜੇ ਚੇਤੇ ਨਹੀਂ ਰੱਖਦੇ ਕਦੇ ਵੀ, ਉਹਨਾਂ ਕੋਲ ਮਾਇਆ ਆਉਂਦੀ ਹੈ ਤੇ ਉਹਨਾਂ ਉੱਤੇ ਆਪਣਾ ਪ੍ਰਭਾਵ ਪਾ ਲੈਂਦੀ ਹੈ। ਇੱਦਾਂ ਵੀ ਆਪਾਂ ਕਹਿ ਸਕਦੇ ਮਾਇਆ ਦੇ ਦੋ ਰੂਪ ਨੇ। ਮਨੁੱਖਾਂ ਦੇ ਕੋਲ ਜਾਂਦੀ ਹੈ ਉਸਦਾ ਹੋਰ ਰੂਪ ਹੈ, ਗੁਰਮੁਖਾਂ ਦੇ ਕੋਲ ਆਉਂਦੀ ਹੈ ਉਸਦਾ ਹੋਰ ਰੂਪ ਹੁੰਦਾ ਹੈ। ਮਨੁੱਖਾਂ ਦੇ ਕੋਲ ਦੁੱਖ ਰੂਪ ਬਣ ਕੇ ਜਾਂਦੀ ਹੈ, ਗੁਰਮੁਖਾਂ ਦੇ ਕੋਲ ਸੁੱਖ ਰੂਪ ਲੈ ਕੇ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਜਿਨ੍ਹਾਂ ਦੀ ਵਾਰ ਦੀ ਆਪਾਂ ਵਿਚਾਰ ਕਰ ਰਹੇ ਹਾਂ ਗੁਰੂ ਕਿਰਪਾ ਸਦਕਾ, ਇੱਕ ਕਵਿਤਾ ਰਾਹੀਂ ਇਹ ਗੱਲ ਕੁਝ ਉਦਾਹਰਣਾਂ ਦੇ ਕੇ ਸਮਝਾਈ ਹੈ। ਕਹਿੰਦੇ ਹਨ ਇੱਕ ਸੁਹਾਗਣ ਇਸਤਰੀ ਹੈ ਤੇ ਇੱਕ ਦੁਹਾਗਣ ਹੈ, ਦੋਨੇ ਦੇਖਣ ਨੂੰ ਇਸਤਰੀਆਂ ਹੀ ਲੱਗਦੀਆਂ ਨੇ ਪਰ ਉਹਨਾਂ ਦੇ ਵਿੱਚ ਚੱਜ ਆਚਾਰ ਕਰਕੇ ਕੰਮ ਕਾਰ ਕਰਕੇ ਬੜਾ ਫਰਕ ਹੁੰਦਾ ਹੈ। ਹੁਣ ਦੁਹਾਗਣ ਜੋ ਹੈ ਉਹ ਆਮ ਕਰਕੇ ਜਿਹੜੀ ਹੈ ਬੁਰੇ ਕੰਮਾਂ ਦੇ ਵਿੱਚ ਫਸ ਜਾਂਦੀ ਹੈ। ਇਸ ਤਰ੍ਹਾਂ ਦਾ ਬਚਨ ਪਾਵਨ ਬਾਣੀ ਦੇ ਵਿੱਚ ਆਇਆ ਹੈ, ਜਿਉਂ ਤਨ ਵਿਧਵਾ ਪਰ ਕੋ ਦੇਹੀ, ਜਿਵੇਂ ਵਿਧਵਾ ਇਸਤਰੀ ਆਪਣੇ ਤਨ ਨੂੰ ਪਰਾਏ ਪੁਰਖ ਨੂੰ ਦੇ ਦਿੰਦੀ ਹੈ, ਜਿਉਂ ਤਨ ਵਿਧਵਾ ਪਰ ਕੋ ਦੇਹੀ। ਭਾਈ ਸਾਹਿਬ ਕਹਿੰਦੇ ਨੇ ਜੈਸੇ ਕੁੱਲਾ ਬੱਧੂ ਅੰਗ ਖੋੜਸ ਸ਼ਿੰਗਾਰ ਰਚ, ਵੇਸਵਾ ਰਚਤ ਤੇਈ ਸਕਲ ਸ਼ਿੰਗਾਰ ਜੀ। ਚੰਗੇ ਕੁੱਲ ਦੀ ਜਿਹੜੀ ਨੂੰਹ ਹੈ ਇਸਤਰੀ ਹੈ, ਕਹਿੰਦੇ ਉਹ ਆਪਣੇ ਸਰੀਰ ਤੇ ਸ਼ਿੰਗਾਰ ਕਰਦੀ ਹੈ ਸਰੀਰ ਨੂੰ ਸਜਾਉਣ ਲਈ। ਵੇਸਵਾ ਵੀ ਬਿਲਕੁਲ ਇਸੇ ਤਰ੍ਹਾਂ ਹੀ ਆਪਣੇ ਤਨ ਤੇ ਸ਼ਿੰਗਾਰ ਕਰਦੀ ਹੈ।
ਪਰ ਦੋਨਾਂ ਵਿੱਚ ਰਹਿਣੀ ਸਹਿਣੀ ਵਿੱਚ ਬੜਾ ਫਰਕ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਫਿਰ, ਕਹਿੰਦੇ ਕੋਲਾ ਬਧੂ ਸੇਜਾ ਸਮੇਂ ਰਮਤ ਪਧਾਰ ਏਕ, ਵੇਸਵਾ ਤੋਂ ਅਨੇਕ ਸੇ ਕਰੇ ਵਿਚਾਰ ਜੀ। ਫਿਰ ਕਹਿੰਦੇ ਨੇ ਕੁੱਲਾ ਬਧੂ ਸੰਜਮ ਸੁਜਸ ਨਿਰਦੋਖ ਮੋਖ, ਵੇਸਵਾ ਪਰਸਤ ਅਪ ਜਸ ਹਵੈ ਵਿਕਾਰ ਜੀ। ਕੁੱਲਾ ਬਧੂ ਜਿਹੜੀ ਹੈ ਉਹਦੇ ਘਰ ਉਹਦੀ ਪਵਿੱਤਰ ਕੁੱਖ ਤੋਂ ਬੱਚਾ ਜਨਮ ਲਏ, ਉਸਦਾ ਸਹੁਰੇ ਘਰ ਪੇਕੇ ਘਰ ਸੋਹਣਾ ਜਸ ਹੁੰਦਾ ਹੈ, ਦੋਸ਼ ਤੋਂ ਮੁਕਤ ਹੁੰਦੀ ਹੈ, ਉਸਦੇ ਕੋਈ ਦੋਸ਼ ਨਹੀਂ ਲਾ ਸਕਦਾ। ਉਹ ਸੰਜਮ ਦੇ ਵਿੱਚ ਰਹਿੰਦੀ ਹੈ, ਪਰਿਵਾਰਕ ਜੋ ਮਰਿਆਦਾ ਹੈ ਉਸ ਮਰਿਆਦਾ ਦੇ ਵਿੱਚ ਰਹਿੰਦੀ ਹੈ। ਕੁੱਲਾ ਬਧੂ ਸੰਜਮ ਮਰਿਆਦਾ ਸੰਜਮ ਵਿੱਚ ਰਹਿੰਦੀ ਹੈ, ਸੁਜਸ ਉਹਦਾ ਸੋਹਣਾ ਜਸ ਹੁੰਦਾ ਹੈ, ਨਿਰਦੋਖ ਉਹਦੇ ਕੋਈ ਦੋਸ਼ ਨਹੀਂ ਲੱਗਦਾ। ਮੋਖ ਭਾਈ ਸਾਹਿਬ ਨੇ ਆਖਿਆ, ਕਹਿੰਦੇ ਉਹ ਮੁਕਤੀ ਵੀ ਪ੍ਰਾਪਤ ਕਰ ਜਾਂਦੀ ਹੈ ਇਹੋ ਜਿਹੀ ਇਸਤਰੀ। ਵੇਸਵਾ ਪ੍ਰਸਤ ਅਪ ਜਸ, ਕਹਿੰਦੇ ਬੇਇੱਜ਼ਤੀ ਹੁੰਦੀ ਹੈ, ਵਿਕਾਰ ਰੋਗ ਲੱਗਦੇ ਨੇ। ਤੇ ਤਿੰਨ ਉਦਾਹਰਨਾਂ ਸਾਂਝੀਆਂ ਕੀਤੀਆਂ ਇਹ ਸਮਝਾਉਣ ਲਈ ਵੀ ਮਾਇਆ ਵੀ ਇੱਕ ਰੂਪ ਵੇਸਵਾ ਦਾ ਹੈ, ਇੱਕ ਰੂਪ ਸੁਹਾਗਣ ਦਾ ਹੈ। ਗੁਰਮੁਖਾਂ ਕੋਲ ਮਾਇਆ ਸੁਹਾਗਣ ਦਾ ਰੂਪ ਲੈ ਕੇ ਜਾਂਦੀ ਹੈ, ਮਨਮੁਖਾਂ ਦੇ ਕੋਲ ਵੇਸਵਾ ਦਾ ਰੂਪ, ਜਿਸ ਨਾਲ ਬੇਇੱਜ਼ਤੀ ਤੇ ਵਿਕਾਰ ਰੋਗ ਲੱਗਦੇ ਨੇ। ਭਾਈ ਸਾਹਿਬ ਅਖੀਰ ਵਿੱਚ ਕਹਿੰਦੇ ਨੇ, ਤੈਸੇ ਗੁਰਸਿੱਖਨ ਕੋ ਪਰਮ ਪਵਿੱਤਰ ਮਾਇਆ। ਇਸੇ ਤਰ੍ਹਾਂ ਕਹਿੰਦੇ ਭਾਈ ਗੁਰਸਿੱਖਾਂ ਨੂੰ ਜਿਹੜੀ ਮਾਇਆ ਆਉਂਦੀ ਹੈ ਉਹਨਾਂ ਕੋਲ, ਉਹ ਬਹੁਤ ਜ਼ਿਆਦਾ ਪਵਿੱਤਰ ਰੂਪ ਲੈ ਕੇ ਆਉਂਦੀ ਹੈ। ਸੋਈ ਦੁੱਖ ਦਾਹਤ ਸਗਲ ਸੰਸਾਰ ਦੀ ਉਹੀ ਮਾਇਆ ਰੱਬ ਤੋਂ ਟੁੱਟੇ ਹੋਏ ਮਨੁੱਖਾਂ ਦੇ ਦੁੱਖ ਰੂਪ ਲੈ ਕੇ ਜਾਂਦੀ ਹੈ, ਦੁੱਖ ਦਿੰਦੀ ਹੈ। ਭਾਈ ਸਾਹਿਬ ਜੀ ਨੇ ਇਸ ਵਾਰ ਵਿੱਚ ਵੀ ਇਹ ਗੱਲ ਸਮਝਾਈ, ਗੁਰਸਿੱਖਾਂ ਕੋਲ ਮਾਇਆ ਹੁੰਦੀ ਹੈ ਪਵਿੱਤਰ ਧਰਮ ਦੀ ਕਿਰਤ ਵਾਲੀ ਅਤੇ ਸੁੱਖ ਦਿੰਦੀ ਹੈ, ਮਨਮੁਖਾਂ ਕੋਲ ਮਾਇਆ ਹੁੰਦੀ ਹੈ ਅਪਵਿੱਤਰ ਮਲੀਨਤਾ ਵਾਲੀ ਤੇ ਉਹਨਾਂ ਦੀ ਬੁੱਧੀ ਨੂੰ ਮਲੀਨ ਕਰ ਦਿੰਦੀ ਹੈ ਤੇ ਦੁੱਖ ਦਿੰਦੀ ਹੈ। ਆਰੰਭ ਦੀ ਪੰਕਤੀ ਵਿੱਚ ਭਾਈ ਸਾਹਿਬ ਜੀ ਆਖਦੇ ਨੇ, ਸੂਰਜ ਦੈ ਘਰ ਚੰਦਰਮਾ ਵੈਰ ਵਿਰੋਧ ਉਠਾਵੈ ਕੇਤੈ, ਜੋਤਿਸ਼ ਸ਼ਾਸਤਰ ਦੇ ਅਨੁਸਾਰ ਭਾਈ ਸਾਹਿਬ ਨੇ ਗੱਲ ਕੀਤੀ ਹੈ ਵੀ ਜੋਤਿਸ਼ੀ ਕਹਿੰਦੇ ਨੇ ਜੇ ਸੂਰਜ ਦੇ ਘਰ ਚੰਦਰਮਾ ਆ ਜਾਏ ਤਾਂ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਉਪਦਰਵ ਪਾਪ ਲੜਾਈਆਂ ਝਗੜੇ ਹੁੰਦੇ ਨੇ। ਫਿਰ ਦੂਜੀ ਪੰਕਤੀ ਵੀ ਦੱਸਿਆ, ਸੂਰਜ ਆਵੈ ਚੰਦਰ ਘਰ ਵੈਦ ਵੈਰ ਵਿਸਾਰ ਸੰਭਾਲੈ ਹੇਤੈ। ਜੋਤਸ਼ੀਆਂ ਮੁਤਾਬਕ ਕਹਿੰਦੇ ਜੇ ਸੂਰਜ ਜਿਹੜਾ ਹੈ ਚੰਦਰਮਾ ਘਰ ਆਵੇ ਤਾਂ ਉਪਦਰਵ, ਪਰ ਜੇ ਚੰਦਰਮਾ ਦੇ ਘਰ ਸੂਰਜ ਆ ਜਾਏ ਤਾਂ ਸ਼ਾਂਤੀ ਵਰਤਦੀ ਹੈ ਸੰਸਾਰ ਵਿੱਚ।
ਇਹ ਭਾਈ ਸਾਹਿਬ ਨੇ ਇੱਕ ਉਦਾਹਰਨ ਦੇ ਤੌਰ ਤੇ ਸਾਨੂੰ ਗੱਲ ਸਮਝਾਈ ਹੈ। ਇਹਦਾ ਕਦਾ ਕਿਤੇ ਭਾਵ ਨਹੀਂ ਕਿ ਅਸੀਂ ਜੋਤਿਸ਼ ਵਿਦਿਆ ਦੇ ਵਿੱਚ ਵਿਸ਼ਵਾਸ ਰੱਖਣਾ ਹੈ। ਦੇਖੋ ਕੱਲ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਸਰਦਾਰ ਮਨਮੋਹਨ ਸਿੰਘ ਜੀ ਭਾਰਤ ਦੇ ਪ੍ਰਧਾਨ ਮੰਤਰੀ ਜਦੋਂ ਇਲੈਕਸ਼ਨ ਹੋਈ ਸੋਨੀਆ ਗਾਂਧੀ ਦੇ ਬਾਰੇ ਕੁਝ ਲੋਕਾਂ ਨੇ ਕਿੰਤੂ ਪਰੰਤੂ ਕੀਤਾ ਤੇ ਮਨਮੋਹਨ ਸਿੰਘ ਦਾ ਨਾਮ ਆਇਆ, ਹਿੰਦੁਸਤਾਨ ਦੇ ਸਾਰੇ ਜੋਤਸ਼ੀਆਂ ਨੇ ਇੱਕੋ ਮਤ ਨਾਲ ਆਖ ਦਿੱਤਾ ਸੀ ਮਨਮੋਹਨ ਸਿੰਘ ਦੀ ਕੁੰਡਲੀ ਵਿੱਚ ਪ੍ਰਧਾਨ ਮੰਤਰੀ ਬਣਨਾ ਲਿਖਿਆ ਹੀ, ਇਹ ਪੀਐਮ ਨਹੀਂ ਬਣ ਸਕਦਾ। ਸਾਰੇ ਹਿੰਦੁਸਤਾਨ ਦੇ ਜੋਤਸ਼ੀਆਂ ਨੇ ਇੱਕੋ ਜ਼ਬਾਨ ਵਿੱਚ ਆਖਿਆ, ਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਣਿਆ, ਸਗੋਂ ਦੂਜੀ ਵਾਰੀ ਫੇਰ ਬਣਿਆ ਲਗਾਤਾਰ। ਤੋ ਇਹ ਉਦਾਹਰਨ ਦੇਣ ਦਾ ਭਾਵ ਇਹ ਵੀ ਜੋਤਿਸ਼ ਵਿੱਚ ਵਿਸ਼ਵਾਸ ਰੱਖਣ ਲਈ ਭਾਈ ਸਾਹਿਬ ਨਹੀਂ ਕਹਿ ਰਹੇ, ਭਾਈ ਸਾਹਿਬ ਜਿਹੜੀ ਗੱਲ ਸਮਝਾ ਰਹੇ ਨੇ, ਕਹਿੰਦੇ ਜੋਤਿਸ਼ੀ ਕਹਿੰਦੇ ਨੇ ਸੂਰਜ ਦੇ ਘਰ ਚੰਦਰਮਾ ਆਵੇ ਤਾਂ ਉਹ ਪਦਰਵ ਹੁੰਦੇ ਨੇ ਤੇ ਚੰਦਰਮਾ ਦੇ ਘਰ ਸੂਰਜ ਆਵੇ ਤਾਂ ਸ਼ਾਂਤੀ ਵਰਤਦੀ ਹੈ। ਇਹਦਾ ਭਾਵ ਅਰਥ ਸਮਝਾਇਆ ਜੋ ਭਾਈ ਗੁਰਦਾਸ ਜੀ ਨੇ, ਕਹਿੰਦੇ ਦੇਖੋ ਸੂਰਜ ਦੇ ਘਰ ਚੰਦਰਮਾ ਆ ਜਾਏ, ਸੂਰਜ ਦੇ ਘਰ ਚੰਦਰਮਾ ਤਾਂ ਚੰਦਰਮਾ ਦੀ ਜਿਹੜੀ ਸ਼ਾਂਤੀ ਹੈ ਉਹ ਖਤਮ ਹੋ ਜਾਂਦੀ ਹੈ। ਲੜਾਈ ਝਗੜੇ ਹੁੰਦੇ ਨੇ ਵੀ ਜੋਤਿਸ਼ੀ ਏਦਾਂ ਕਹਿੰਦੇ ਨੇ। ਫਿਰ ਦੂਜਾ ਪੱਖ ਕਹਿੰਦੇ ਚੰਦਰਮਾ ਦੇ ਘਰ ਜੇ ਸੂਰਜ ਆ ਜਾਏ ਤਾਂ ਚੰਦਰਮਾ ਉਹਦੀ ਤਪਸ ਮਿਟਾ ਦਿੰਦਾ ਹੈ, ਸੰਸਾਰ ਵਿੱਚ ਸ਼ਾਂਤੀ ਵਰਤਦੀ ਹੈ। ਭਾਈ ਸਾਹਿਬ ਕਹਿੰਦੇ ਨੇ ਦਰਅਸਲ ਗੱਲ ਇਹ ਹੈ ਸਮਝਣ ਵਾਲੀ, ਕਹਿੰਦੇ ਜੇ ਤਾਂ ਮਾਇਆ ਗੁਰਮੁਖਾਂ ਦੇ ਘਰ ਆ ਜਾਏ ਤਾਂ ਗੁਰਮੁਖ ਜਨ ਉਸ ਮਾਇਆ ਦੇ ਰਾਹੀਂ ਪਰਉਪਕਾਰ ਕਰਦੇ ਨੇ, ਆਪਣੇ ਜੀਵਨ ਦਾ ਨਿਰਵਾਹ ਵੀ ਕਰਦੇ ਨੇ ਪਰਉਪਕਾਰ ਲਈ ਵਰਤਦੇ ਨੇ, ਉਹਨਾਂ ਦੇ ਘਰ ਮਾਇਆ ਆਈ ਸਫਲ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਪਰ ਗੁਰਮੁਖ ਜਨ ਕਦੇ ਵੀ ਮਾਇਆ ਦੇ ਘਰ ਨਹੀਂ ਜਾਂਦੇ, ਯਾਨੀ ਕਿ ਗੁਰਮੁਖ ਮਾਇਆ ਨਾਲ ਪਿਆਰ ਨਹੀਂ ਪਾਉਂਦੇ, ਮਾਇਆ ਜਿਹੜੀ ਹੈ ਗੁਰਮੁਖਾਂ ਨਾਲ ਪਿਆਰ ਪਾਉਂਦੀ ਹੈ। ਉਹ ਚਾਹੁੰਦੀ ਹੈ ਮੈਂ ਗੁਰਮੁਖਾਂ ਦੇ ਕੋਲ ਜਾਵਾਂ, ਮੈਂ ਵੀ ਸਫਲੀ ਹੋ ਜਾਵਾਂ, ਮੈਂ ਵੀ ਪਵਿੱਤਰ ਹੋ ਜਾਵਾਂ। ਹੁਣ ਜੇ ਮਨਮੁਖ ਦੇ ਘਰ ਮਾਇਆ ਆਏਗੀ ਉਹ ਦੁੱਖ ਰੂਪ ਲੈ ਕੇ ਜਾਏਗੀ ਤੇ ਉਹ ਫਿਰ ਉਸ ਮਾਇਆ ਦੇ ਰਾਹੀਂ ਹੰਕਾਰੀ ਬਣੇਗਾ, ਐਸ਼ ਪ੍ਰਸਤੀ ਕਰੇਗਾ, ਰੋਗ ਲੱਗਣਗੇ, ਕਿਸੇ ਦਾ ਕਤਲ ਵੀ ਕਰ ਦੇਗਾ, ਜੇਲ੍ਹ ਵੀ ਚਲਾ ਜਾਏਗਾ। ਇਹ ਸਭ ਮਾਇਆ ਦੇ ਵਰਤਾਰੇ ਨੇ। ਪਰ ਜੇ ਗੁਰਮੁਖ ਦੇ ਕੋਲ ਮਾਇਆ ਆਏਗੀ, ਗੁਰਮੁਖ ਆਪਣੇ ਜੀਵਨ ਨਿਰਵਾਹ ਵੀ ਅਤੇ ਨਾਲ ਲੋੜਵੰਦਾਂ ਦੀ ਸੇਵਾ ਵੀ ਕਰੇਗਾ, ਉਸੇ ਮਾਇਆ ਦੇ ਰਾਹੀਂ ਧਰਮ ਕਾਰਜਾਂ ਵਿੱਚ ਲਗਾਏਗਾ। ਭਾਈ ਸਾਹਿਬ ਕਹਿੰਦੇ ਇਸ ਕਰਕੇ ਗੁਰਮੁਖ ਜਨ ਮਾਇਆ ਦੇ ਰਾਹੀਂ ਪਰਉਪਕਾਰ ਕਮਾਉਂਦੇ ਨੇ, ਉਹਨਾਂ ਦੇ ਕੋਲ ਮਾਇਆ ਆਈ ਸਫਲ ਹੈ, ਪਵਿੱਤਰ ਹੈ। ਗੁਰਮੁਖਾਂ ਕੋਲ ਮਾਇਆ ਹੋਣੀ ਚਾਹੀਦੀ ਹੈ। ਫਿਰ ਅੱਗੇ ਆਖਦੇ ਹਨ ਜੋਤੀ ਜੋਤ ਸਮਾਏ ਕੈ ਪੂਰਨ ਪਰਮ ਜੋਤ ਚਿੱਤ ਅਚੇਤ। ਗੁਰਮੁਖ ਜਿਹੜੇ ਜਨ ਹਨ
ਭਾਈ ਸਾਹਿਬ ਜੀ ਕਹਿੰਦੇ ਨੇ ਦੇਖੋ ਗੁਰੂ ਦੀ ਜੋਤੀ ਵਿੱਚ ਆਪਣੀ ਜੋਤ ਨੂੰ ਸਮਾ ਲੈਂਦੇ ਨੇ, ਗੁਰੂ ਦੀ ਮੱਤ ਦੇ ਵਿੱਚ ਆਪਣੀ ਮੱਤ ਨੂੰ ਸਮਾ ਲੈਂਦੇ ਨੇ, ਆਪਣੀ ਮੱਤ ਖਤਮ ਕਰ ਦਿੰਦੇ ਨੇ, ਗੁਰੂ ਦੀ ਮੱਤ ਧਾਰਨ ਕਰਦੇ ਨੇ। ਇਸ ਤਰ੍ਹਾਂ ਉਹ ਸਦਾ ਗੁਰੂ ਨੂੰ ਚੇਤੇ ਰੱਖਦੇ ਨੇ, ਪੂਰਨ ਪਰਮ ਜੋਤ ਪਰਮਾਤਮਾ ਨੂੰ ਚੇਤੇ ਰੱਖਦੇ ਨੇ। ਕੱਲ ਵੀ ਦਾਸ ਨੇ ਬੇਨਤੀ ਕੀਤੀ ਸੀ ਵੀ ਜਿਵੇਂ ਦਰਿਆ ਨਦੀਆਂ ਨਾਲੇ ਇਹਨਾਂ ਦਾ ਵਹਿਣ ਸਮੁੰਦਰਾਂ ਦੇ ਵਿੱਚ ਜਾ ਕੇ ਮਿਲਦਾ ਹੈ, ਪਰ ਕਦੇ ਵੀ ਸਮੁੰਦਰ ਦਰਿਆ ਵਿੱਚ ਆ ਕੇ ਨਹੀਂ ਮਿਲਿਆ। ਇਹ ਕੁਦਰਤ ਦਾ ਨਿਯਮ ਹੈ। ਜੇ ਹੁਣ ਉਸ ਦਰਿਆ ਕੇ ਵੀ ਮੈਂ ਮੁੱਦਤਾਂ ਤੋਂ ਇਹਦੇ ਕੋਲ ਆ ਰਿਹਾ ਹਾਂ, ਇਹਦੇ ਵਿੱਚ ਸਮਾ ਰਿਹਾ ਹਾਂ, ਕਿ ਸਮੁੰਦਰ ਨਹੀਂ ਮੇਰੇ ਕੋਲ ਆ ਸਕਦਾ? ਜੇ ਸਮੁੰਦਰ ਆ ਜਾਏ ਦਰਿਆ ਦੇ ਵਿੱਚ, ਫਿਰ ਤਾਂ ਪਰਲੋ ਆ ਜਾਏਗੀ, ਸਾਰੀ ਦੁਨੀਆਂ ਤਬਾਹ ਹੋ ਜਾਏਗੀ। ਇਸ ਲਈ ਗੁਰਸਿੱਖ ਨੇ ਆਪਣੀ ਮੱਤ ਨੂੰ ਗੁਰੂ ਦੀ ਗੁਰੂ ਸਮੁੰਦਰ ਰੂਪੀ ਮੱਤ ਵਿੱਚ ਸਮਾਣਾ ਹੈ, ਪਰ ਇਹ ਨਹੀਂ ਸੋਚਣਾ ਕਦੇ ਵੀ ਮੈਂ ਆਪਣੀ ਮੱਤ ਗੁਰੂ ਨੂੰ ਕਿਉਂ ਦੇਵਾਂ, ਗੁਰੂ ਮੈਨੂੰ ਆਪਣੀ ਮੱਤ ਕਿਉਂ ਨਹੀਂ ਦਿੰਦਾ, ਮੈਂ ਆਪਣੀ ਮੱਤ ਕਿਉਂ ਸਮਾਵਾਂ ਗੁਰੂ ਦੀ ਮੱਤ ਵਿੱਚ। ਸਮੁੰਦਰ ਵਿਸ਼ਾਲ ਹੈ, ਉਹਦੇ ਅੰਦਰ ਸ਼ਕਤੀ ਹੈ ਹਰ ਇੱਕ ਦਰਿਆ ਨੂੰ ਸਮਾ ਲੈਣ ਦੀ, ਦਰਿਆ ਵਿੱਚ ਸ਼ਕਤੀ ਨਹੀਂ ਹੈ। ਕਹਿਣ ਦਾ ਭਾਵ ਗੁਰੂ ਦੀ ਮੱਤ ਲੈਣੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਨਾ ਸੋਚੇ ਸੀ ਕਦੇ ਵੀ ਮੈਂ ਆਪਣੀ ਮੱਤ ਗੁਰੂ ਨੂੰ ਦੇ ਦੇਵਾਂ, ਵੀ ਗੁਰੂ ਮੇਰੇ ਤੋਂ ਕਿਉਂ ਨਹੀਂ ਮੱਤ ਲੈਂਦਾ, ਮੈਂ ਹੀ ਕਿਉਂ ਲਵਾਂ ਗੁਰੂ ਕੋਲੋਂ ਮੱਤ। ਜਿਵੇਂ ਸਮੁੰਦਰ ਦਰਿਆ ਵਿੱਚ ਨਹੀਂ ਸਮਾ ਸਕਦਾ, ਜੇ ਆ ਜਾਏ ਬਾਹਰ ਉਛਲ ਜਾਏ ਤਾਂ ਪਰਲੋ ਆ ਜਾਂਦੀ ਹੈ, ਨੁਕਸਾਨ ਹੁੰਦਾ ਹੈ। ਇਸੇ ਲਾਭ ਇਸੇ ਵਿੱਚ ਹੈ, ਦਰਿਆ ਹੀ ਸਮੁੰਦਰ ਵਿੱਚ ਜਾ ਕੇ ਸਮਾਏ। ਭਲਾ ਇਸੇ ਵਿੱਚ ਹੈ ਕਿ ਗੁਰਸਿੱਖ ਹੀ ਆਪਣੀ ਮੱਤ ਗੁਰੂ ਦੀ ਮੱਤ ਵਿੱਚ ਸਮਾ ਲਏ। ਫਿਰ ਅੱਗੇ ਭਾਈ ਸਾਹਿਬ ਕਹਿੰਦੇ ਨੇ ਲੋਕ ਭੇਦ ਗੁਣ ਗਿਆਨ ਮਿਲ ਪਿਰਮ ਪਿਆਲਾ ਮਜਲਸ ਭੇਤਾ। ਲੋਕ ਜਿਹੜੇ ਗੁਣੀ ਗਿਆਨੀ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ, ਉਹਨਾਂ ਦੇ ਭੇਦ ਨੂੰ ਸਮਝਦੇ ਨੇ, ਫਿਰ ਉਸ ਗਿਆਨ ਨੂੰ, ਗ੍ਰੰਥਾਂ ਦੇ ਗਿਆਨ ਨੂੰ ਲੋਕਾਂ ਨੂੰ ਜਾ ਕੇ ਦੱਸਦੇ ਨੇ। ਮਜਲਸ ਹੁੰਦੀ ਹੈ ਵੀ ਜਿੱਥੇ ਲੋਕਾਂ ਦਾ ਇਕੱਠ ਹੋਵੇ, ਪਰ ਇੱਥੇ ਭਾਵ ਅਰਥ ਭਾਈ ਗੁਰਦਾਸ ਜੀ ਨੇ ਜੋ ਲਿਆ ਹੈ ਸਾਧ ਸੰਗਤ, ਵੀ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਗਿਆਨ ਪ੍ਰਾਪਤ ਕਰਕੇ ਸਾਧ ਸੰਗਤ ਵਿੱਚ ਆਮ ਲੋਕਾਂ ਨੂੰ ਉਹ ਫਿਰ ਗਿਆਨ ਵੰਡਦੇ ਹਨ ਜਿਹੜੇ ਗੁਰਮੁਖ ਜਨ। ਇਹ ਨਹੀਂ ਕਹਿੰਦੇ ਵੀ ਬਸ ਮੈਂ ਹੀ ਗਿਆਨ ਰੱਖਣਾ, ਆਪਣੇ ਕੋਲ ਦੂਜੇ ਨੂੰ ਦੱਸਣਾ ਹੀ ਨਹੀਂ। ਕਈ ਇਹੋ ਜਿਹੇ ਵੀ ਹੁੰਦੇ ਨੇ ਵੀ ਆਪਾਂ ਦੱਸਣਾ ਨਹੀਂ, ਉਹ ਸਾਰਾ ਗਿਆਨ ਆਪਣੇ ਨਾਲ ਹੀ ਲੈ ਕੇ ਚਲੇ ਜਾਂਦੇ ਨੇ ਸੰਸਾਰ ਚੋਂ, ਉਹਨਾਂ ਦਾ ਗਿਆਨ ਦਾ ਕੋਈ ਲਾਭ ਨਹੀਂ ਹੁੰਦਾ ਬਾਕੀ ਦੁਨੀਆਂ। ਪਰ ਮਹਾਰਾਜ ਨੇ ਜੋ ਸਾਨੂੰ ਗੱਲ ਸਮਝਾਈ, ਜਾਂ ਵਿਦਵਾਨ ਜੋ ਇਸ ਗੱਲ ਨਾਲ ਸਹਿਮਤ ਨੇ ਵੀ ਜੇ ਕੋਈ ਗਿਆਨ ਦੂਜੇ ਨੂੰ ਦਿੰਦਾ ਹੈ, ਵੰਡਦਾ ਹੈ, ਤਾਂ ਉਸਦਾ ਗਿਆਨ ਘਟਦਾ ਨਹੀਂ ਵੰਡਣ ਵਾਲੇ ਦਾ, ਸਗੋਂ ਵੱਧਦਾ ਹੈ। ਪਰ ਇਹ ਗੱਲ ਪੱਕੀ ਹੈ, ਗਿਆਨ ਵੰਡਣ ਦੇ ਨਾਲ ਵੱਧਦਾ ਹੈ, ਘਟਦਾ ਕੋਈ ਨਹੀਂ। ਜੇ ਕੋਈ
ਇਸ ਸੁਵਿਧਾ ਧਾਰਨੀ ਆ ਵੀ ਗਿਆਨ ਵੰਡਾਂਗਾ ਮੇਰੇ ਕੋਲ ਘੱਟ ਜਾਏਗਾ ਤਾਂ ਉਸ ਦੇ ਗਿਆਨ ਦੀ ਇੱਕ ਸੀਮਾ ਬਣ ਜਾਏਗੀ, ਉਸ ਤੋਂ ਅੱਗੇ ਉਹਦਾ ਗਿਆਨ ਨਹੀਂ ਚੱਲ ਸਕਦਾ। ਇਸ ਲਈ ਗੁਰਮੁਖ ਜਨ ਵੰਡਦੇ ਨੇ ਗਿਆਨ ਸਾਧ ਸੰਗਤ ਦੇ ਵਿੱਚ। ਫਿਰ ਭਾਈ ਸਾਹਿਬ ਕਹਿੰਦੇ ਨੇ ਛੇ ਰੁੱਤੀ ਛੇ ਦਰਸ਼ਨ ਇੱਕ ਸੂਰਜ ਗੁਰ ਗਿਆਨ ਸਮੇਤ। ਇੱਕ ਸੂਰਜ ਹੈ ਉਸ ਦੇ ਰਾਹੀਂ ਛੇ ਰੁੱਤਾਂ ਬਣ ਗਈਆਂ। ਹੁਣ ਭਾਈ ਸਾਹਿਬ ਕਹਿੰਦੇ ਨੇ ਦੇਖੋ ਅੱਗੇ ਛੇ ਦਰਸ਼ਨ, ਛੇ ਦਰਸ਼ਨ ਦਾ ਅਰਥ ਹੈ ਛੇ ਸ਼ਾਸਤਰ, ਜੋ ਸਤਿਗੁਰੂ ਜੀ ਦਾ ਬਚਨ ਹੈ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਇਹ ਵੀ ਸਲੋਕ ਜਿਹੜਾ ਸ਼ਬਦ ਹੈ ਛੇ ਤੋਂ ਸ਼ੁਰੂ ਹੁੰਦਾ ਹੈ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਛੇ ਘਰ ਛੇ ਗੁਰ, ਇੱਥੇ ਅਰਥ ਹੈ ਛੇ ਘਰ ਦਾ, ਛੇ ਸ਼ਾਸਤਰ, ਘਰ ਦਾ ਅਰਥ ਹੈ ਸ਼ਾਸਤਰ, ਛੇ ਸ਼ਾਸਤਰ ਨੇ। ਛੇ ਗੁਰ, ਇੱਥੇ ਛੇ ਗੁਰ ਦਾ ਅਰਥ ਹੈ ਛੇ ਇਹ ਸ਼ਾਸਤਰਾਂ ਨੂੰ ਬਣਾਉਣ ਵਾਲੇ ਇਹਨਾਂ ਦੇ ਲੇਖਕ ਰਿਖੀ, ਇੱਥੇ ਗੁਰ ਦਾ ਭਾਵ ਰਿਖੀ ਜਨ, ਜੋ ਛੇ ਸ਼ਾਸਤਰਾਂ ਨੂੰ ਬਣਾਉਣ ਵਾਲੇ ਨੇ। ਛੇ ਉਪਦੇਸ਼, ਇਹਨਾਂ ਦੇ ਅਲੱਗ ਅਲੱਗ ਛੇ ਸ਼ਾਸਤਰਾਂ ਦੇ ਉਪਦੇਸ਼ ਹਨ। ਪਰ ਸਾਹਿਬ ਜੀ ਕਹਿੰਦੇ ਨੇ ਗੁਰ ਗੁਰ ਏਕੋ ਵੇਸ ਅਨੇਕ, ਕਹਿੰਦੇ ਪਰਮਾਤਮਾ ਇੱਕ ਹੈ ਉਸਦੇ ਵੇਸ ਅਨੇਕ ਨੇ, ਜਿਵੇਂ ਸੂਰਜ ਇੱਕ ਹੈ ਉਸ ਦੀਆਂ ਬਣਾਈਆਂ ਹੋਈਆਂ ਰੁੱਤਾਂ ਛੇ ਨੇ। ਤੇ ਗੁਰਮੁਖ ਜਨ ਇਸ ਤਰ੍ਹਾਂ ਕਹਿੰਦੇ ਸੰਸਾਰ ਵਿੱਚ ਵਿਚਰਦੇ ਨੇ ਬਈ ਚਾਹੇ ਕਿਸੇ ਵੀ ਮਤ ਵਾਲਾ ਉਹਨਾਂ ਕੋਲ ਆ ਜਾਏ, ਹਰ ਇੱਕ ਨੂੰ ਉਹ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ, ਪਰਮਾਤਮਾ ਦੇ ਗੁਣ ਗਾਣ ਲਈ ਆਖਦੇ ਨੇ, ਕਿਸੇ ਨਾਲ ਯਾਨੀ ਕਿ ਵੈਰ ਭਾਵ ਨਹੀਂ ਕਰਦੇ। ਇਸ ਪੌੜੀ ਦਾ ਜਿਹੜਾ ਮੁੱਖ ਵਿਸ਼ਾ ਹੈ ਉਹ ਪਰਉਪਕਾਰ ਦਾ ਹੈ, ਵੀ ਗੁਰਮੁਖ ਜਨ ਪਰਉਪਕਾਰੀ ਸੁਭਾਅ ਦੇ ਹੁੰਦੇ ਹਨ। ਕੱਲ ਵੀ ਦਾਸ ਨੇ ਬੇਨਤੀ ਕੀਤੀ ਪਰਉਪਕਾਰ ਦਾ ਭਾਵ ਹੈ ਪਰਾਏ ਤੇ ਉਪਕਾਰ ਕਰਨਾ, ਦੋ ਸ਼ਬਦ ਨੇ ਉਪਕਾਰ ਅਤੇ ਪਰਉਪਕਾਰ, ਉਪਕਾਰ ਆਪਣੇ ਤੇ ਉਪਕਾਰ ਕਰਨਾ, ਆਪਣਿਆਂ ਤੇ ਉਪਕਾਰ ਕਰਨਾ, ਉਪਕਾਰ ਦਾ ਭਾਵ ਹੈ ਇਹ ਤਾਂ ਮਨੁੱਖ ਹਰ ਇੱਕ ਕਰਦਾ, ਆਪਣੇ ਤੇ ਵੀ ਕਰਦਾ ਹੈ ਆਪਣਿਆਂ ਤੇ ਵੀ ਕਰਦਾ ਹੈ, ਪਰਉਪਕਾਰ ਪਰਾਏ ਤੇ ਵੀ ਜਿਸ ਦਾ ਕੋਈ ਨਾਂ ਵੀ ਨਹੀਂ ਪਤਾ, ਮਤ ਦਾ ਵੀ ਭਾਵੇਂ ਹੋਰ ਦਾ ਹੈ, ਭਾਸ਼ਾ ਵੀ ਉਹਦੀ ਨਾ ਮਿਲਦੀ ਹੋਏ, ਕਿਤੇ ਦਾ ਰਹਿਣ ਵਾਲਾ ਪਰ ਲੋੜਵੰਦ ਆ ਗਿਆ, ਸਮਰੱਥਾ ਅਨੁਸਾਰ ਉਹਦੀ ਲੋੜ ਦਾ ਹੱਲ ਕਰ ਦਿੱਤਾ, ਇਹ ਪਰਉਪਕਾਰ ਹੈ। ਤੇ ਫਿਰ ਉਹਦੇ ਕੋਲੋਂ ਆਪਣੇ ਭਲੇ ਦੀ ਆਸ ਨਹੀਂ ਰੱਖਣੀ ਵੀ ਮੈਂ ਇਹ ਤੇ ਭਲਾ ਕੀਤਾ ਵੀ ਕਦੇ ਮੇਰੇ ਉੱਤੇ ਇਹ ਵੀ ਭਲਾ ਕਰੇਗਾ, ਇਹ ਵੀ ਨਹੀਂ ਆਸ ਰੱਖਣੀ। ਗੁਰਮੁਖ ਜਨ ਇਸ ਤਰ੍ਹਾਂ ਪਰਉਪਕਾਰ ਕਮਾਉਂਦੇ ਹਨ। ਅੱਗੇ ਬਚਨ ਹਨ ਮਜ਼ਬ ਵਰਨ ਸਪਰਸ਼ ਕਰ ਅਸ਼ਟ ਧਾਤ ਇੱਕ ਧਾਤ ਸੋਖੇ ਤੈ। ਮਜ਼ਬ ਦੁਨੀਆਂ ਤੇ ਬਹੁਤ ਨੇ,
ਵਰਨ ਹਿੰਦੂ ਧਰਮ ਨੇ ਜਿਹੜੇ ਬਣਾਏ ਉਹਨਾਂ ਦੀ ਗਿਣਤੀ ਚਾਰ ਹੈ। ਭਾਈ ਸਾਹਿਬ ਕਹਿੰਦੇ ਨੇ ਹਿੰਦੂ ਮਤ ਦੇ ਮੁਤਾਬਕ ਤਾਂ ਚਾਰ ਵਰਨ ਅਲੱਗ ਅਲੱਗ ਕਰ ਦਿੱਤੇ, ਉਹ ਆਪਸ ਵਿੱਚ ਚਾਰੇ ਕਦੇ ਬੈਠ ਨਹੀਂ ਸਕਦੇ ਇਕੱਠੇ ਹੋ ਕੇ ਅਲੱਗ ਅਲੱਗ। ਮਜ਼ਹਬ ਇਹ ਵੀ ਅਲੱਗ ਅਲੱਗ, ਪਰ ਜਿਹੜੇ ਗੁਰਮੁਖ ਜਨ ਨੇ ਉਹਨਾਂ ਅੰਦਰ ਇਹੋ ਜਿਹੀ ਭਾਵਨਾ ਹੁੰਦੀ ਹੈ ਵੀ ਜੇ ਸਾਡੇ ਕੋਲ ਚਾਰੇ ਵਰਨਾਂ ਦੇ ਆ ਜਾਣ ਤਾਂ ਚਾਰੇ ਇਕੱਠੇ ਬੈਠਣ, ਜੇ ਕਈ ਮਜ਼ਹਬਾਂ ਦੇ ਲੋਕ ਵੀ ਆ ਜਾਣ ਤਾਂ ਉਹਨਾਂ ਵਿੱਚ ਵੀ ਪਿਆਰ ਬਣੇ, ਇਕੱਠੇ ਹੀ ਬੈਠ ਜਾਣ। ਕਿਸ ਤਰ੍ਹਾਂ ਹੁਣ ਉਦਾਹਰਣ ਦੇ ਰਹੇ ਨੇ, ਕਹਿੰਦੇ ਅਸ਼ਟ ਧਾਤ, ਅਸ਼ਟ ਦਾ ਅਰਥ ਹੈ ਅੱਠ, ਵੀ ਜਿਵੇਂ ਅੱਠ ਧਾਤਾਂ ਨੇ ਸੋਨਾ ਚਾਂਦੀ ਤਾਂਬਾ ਲੋਹਾ ਪਾਰਾ ਕਲੀ ਸਿੱਕਾ ਅਤੇ ਜਿਸਤ, ਇਹ ਅੱਠ ਧਾਤਾਂ ਨੇ। ਕਹਿੰਦੇ ਇਹਨਾਂ ਅੱਠ ਧਾਤਾਂ ਦੇ ਨਾਲ ਜੇ ਪਾਰਸ ਨੂੰ ਸਪਰਸ਼ ਕਰ ਦਈਏ ਤਾਂ ਇਹ ਸੋਨਾ ਬਣ ਜਾਂਦੀਆਂ ਨੇ, ਇੱਕ ਬਣ ਜਾਂਦੀਆਂ ਸਾਰੇ ਅੱਠਾਂ ਦੀਆਂ, ਫਿਰ ਇੱਕ ਬਣ ਜਾਂਦੀ ਸੋਨਾ। ਗੁਰਮੁਖ ਜਨਾਂ ਦੇ ਕੋਲ ਇਸ ਤਰ੍ਹਾਂ ਚਾਰੇ ਵਰਨਾਂ ਦੇ ਅਨੇਕਾਂ ਮਜ਼ਹਬਾਂ ਦੇ ਲੋਕ ਆ ਕੇ ਆਪੋ ਆਪਣਾ ਵਰਨ ਆਪੋ ਆਪਣਾ ਮਜ਼ਹਬ ਮਿਟਾ ਕੇ ਸਾਰੇ ਹੀ ਇੱਕ ਧਾਗੇ ਵਿੱਚ ਪਰੋਏ ਜਾਂਦੇ ਨੇ, ਇੱਕ ਪਰਮਾਤਮਾ ਦੇ ਉਪਾਸਕ ਬਣ ਜਾਂਦੇ ਨੇ। ਜਿਵੇਂ ਪਾਰਸ ਨੇ ਅੱਠਾਂ ਧਾਤਾਂ ਨੂੰ ਉਹਨਾਂ ਦਾ ਰੂਪ ਰੰਗ ਬਦਲ ਕੇ ਇੱਕ ਰੂਪ ਦੇ ਦਿੱਤਾ, ਇਵੇਂ ਗੁਰਮੁਖ ਜਨ ਲੋਕਾਂ ਦੇ ਅੰਦਰ ਇੱਕ ਪ੍ਰੇਮ ਦੀ ਭਾਵਨਾ ਪਰਮਾਤਮਾ ਪ੍ਰਤੀ ਪੈਦਾ ਕਰਦੇ ਨੇ ਤੇ ਇਸ ਨਾਲ ਲੋਕਾਂ ਦੇ ਅੰਦਰ ਆਇਆ ਹੋਇਆ ਵਖਰੇਵਾਂ ਖਤਮ ਹੋ ਜਾਂਦਾ ਹੈ। ਸਾਰੇ ਲੋਕ ਇੱਕ ਥਾਂ ਬੈਠ ਜਾਂਦੇ ਨੇ ਕਿ ਆਪਸ ਵਿੱਚ ਪ੍ਰੇਮ ਨਾਲ ਰਹਿੰਦੇ ਨੇ, ਇਹ ਵੀ ਗੁਰਮੁਖ ਜਨ ਪਰਉਪਕਾਰ ਕਰਦੇ ਨੇ। ਅੱਗੇ ਵਚਨ ਹੈ, ਨੌ ਘਰ ਥਾਪੇ ਨਵੇਂ ਅੰਗ ਦਸਮਾ ਸੁਨ ਲੰਘਾਏ ਅੱਗੇ ਤੈ। ਸਰੀਰ ਦੇ ਨੌ ਅੰਗ ਹਨ, ਯਾਨੀ ਕਿ ਨੌ ਗੋਲਕ ਹਨ, ਜਿਹਨਾਂ ਨੂੰ ਨੌ ਦੁਆਰ ਵੀ ਆਪਾਂ ਆਖਦੇ ਹਾਂ। ਉਸ ਤੋਂ ਉਪਰੰਤ ਇੱਕ ਦਸਵਾਂ ਦੁਆਰ ਵੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਦੇ ਨਾਲ ਪਿਆਰ ਪਾਉਂਦਾ ਹੈ ਉਸਨੂੰ ਦਸਵਾਂ ਦੁਆਰ ਜਿਹੜਾ ਹੈ ਉਸਦਾ ਵੀ ਪਤਾ ਚੱਲ ਜਾਂਦਾ ਹੈ। ਜੋਗੀਆਂ ਦਾ ਦਸਵਾਂ ਦੁਆਰ ਹੋਰ ਹੈ, ਗੁਰਮਤ ਨੇ ਦਸਵੇਂ ਦੁਆਰ ਦੀ ਜਿਹੜੀ ਗੱਲ ਕੀਤੀ ਉਹ ਹੈ ਗਿਆਨ ਵਾਲੀ ਬੁੱਧੀ, ਵਿਵੇਕ ਬੁੱਧੀ, ਇਹੀ ਦਸਵਾਂ ਦੁਆਰ ਹੈ। ਦੇਖੋ ਅਨੰਦ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਗੁਰੂ ਅਮਰਦਾਸ ਜੀ ਨੇ ਸਮਝਾਇਆ ਹੈ, ਹਰ ਜੀਉ ਗੁਫਾ ਅੰਦਰ ਰੱਖ ਕੇ, ਹਰੀ ਨੇ ਸਰੀਰ ਰੂਪੀ ਗੁਫਾ ਦੇ ਅੰਦਰ ਵਾਜਾ ਪਵਨ ਵਜਾਇਆ, ਜੀਉ ਟਿਕਾ ਦਿੱਤੀ, ਜ਼ਿੰਦ ਟਿਕਾ ਦਿੱਤੀ, ਪਵਨ ਦਾ ਹਵਾ ਦਾ ਵਾਜਾ ਵਜਾ ਦਿੱਤਾ, ਸਵਾਸ ਚਾਲੂ ਹੋ ਗਏ। ਹਰ ਜੀਉ ਇਕੱਠਾ ਪਾਠ ਨਹੀਂ ਹੈ ਇੱਥੇ, ਹਰ ਅਲੱਗ ਹੈ, ਜੀਉ ਇਹਦਾ ਜੀਉ ਦਾ ਭਾਵ ਜਿੰਦ, ਜੀਉ ਸਤਕਾਰ ਲਈ ਨਹੀਂ ਇੱਥੇ ਬਸਾਉਂਦਾ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ, ਇਹ
ਸਿੱਖਾਂ ਦਾ ਦਸਵਾਂ ਦੁਆਰ ਦਿਖਾਇਆ। ਗੁਰਦੁਆਰਾ ਭਾਵਨੀ ਲਾਣੀ ਹੈ, ਗੁਰਦੁਆਰੇ ਆ ਕੇ ਗੁਰੂ ਦਾ ਗਿਆਨ ਮਿਲਦਾ ਹੈ, ਇਹ ਗਿਆਨ ਹੀ ਦਸਵਾਂ ਦੁਆਰ ਹੈ। ਯਾਨੀ ਕਿ ਮਨੁੱਖ ਮਾਇਆ ਤੋਂ ਮੁਕਤ ਹੋ ਜਾਂਦਾ ਹੈ, ਅਫੁਰ ਸਮਾਧੀ ਵਿੱਚ ਪਹੁੰਚ ਜਾਂਦਾ ਹੈ। ਅੱਗੇ ਬਚਨ ਹੈ, ਨੀਲ ਅਨੀਲ ਅਨਾਹ ਦੋ ਨਿਝਰ ਧਾਰ ਅਪਾਰ ਸਨੇਤੈ। ਨੀਲ ਅਨੀਲ ਇੱਕ ਗਿਣਤੀ ਵਾਚਕ ਹੈ, ਜਿਵੇਂ ਸੌ ਹੈ, ਹਜ਼ਾਰ ਹੈ, ਲੱਖ ਹੈ, ਕਰੋੜ, ਅਰਬ, ਇਸ ਤਰ੍ਹਾਂ ਅੱਗੇ ਨੀਲ। ਭਾਈ ਜੀ ਕਹਿੰਦੇ ਨੇ, ਗਿਣਤੀ ਤੋਂ ਅਣਗਿਣਤ ਹੋ ਕੇ ਅਨਾਹਤ ਨਾਗ ਦੀ ਇੱਕ ਰਸ ਧਾਰ ਦੇ ਵਿੱਚ ਗੁਰਮੁਖ ਪਹੁੰਚ ਜਾਂਦੇ ਨੇ। ਨਿਝਰ ਇੱਕ ਰਸ, ਜਿਵੇਂ ਇੱਕ ਪਾਣੀ ਦੀ ਧਾਰ ਵਗਣੀ ਸ਼ੁਰੂ ਹੋ ਜਾਏ, ਸਦੀਆਂ ਤੇ ਬੰਦ ਨਾ ਹੋਏ, ਇਵੇਂ ਕਹਿੰਦੇ ਗੁਰਮੁਖਾਂ ਦੇ ਅੰਦਰ ਆਨੰਦ ਦੀ ਧਾਰਾ ਚੱਲ ਪੈਂਦੀ ਹੈ, ਇੱਕ ਰਸ ਕਦੇ ਬੰਦ ਨਹੀਂ ਹੁੰਦੀ। ਯਾਨੀ ਕਿ ਆਨੰਦ ਗੁਰਮੁਖਾਂ ਦਾ ਸਦਾ ਕਾਇਮ ਰਹਿੰਦਾ ਹੈ। ਅੱਗੇ ਬਚਨ ਹਨ, ਵੀ ਇੱਕੀ ਅਲੇਖ ਲੇਖ ਸੰਖ ਅਸੰਖ ਨ ਸਤ ਯੁਗ ਤ੍ਰੇਤੈ। ਜਿਹੜੇ ਗੁਰਮੁਖ ਜਾਣੇ ਕਹਿੰਦੇ ਲੇਖੇ ਜੋਖੇ ਤੋਂ ਬਾਹਰ ਹੋ ਜਾਂਦੇ ਨੇ। ਵੀ ਇੱਕੀ ਦਾ ਅਰਥ ਹੈ ਲੇਖਾ ਜੋਖਾ, ਗਿਣਤੀ ਵਾਚਕ ਸ਼ਬਦ ਨੇ ਇਹ ਵੀ। ਵੀ ਇੱਕੀ ਦੇ ਲੇਖੇ ਜੋਖੇ ਤੋਂ, ਯਾਨੀ ਕਿ ਗਿਣਤੀ ਮਿਣਤੀ ਤੋਂ ਉਹ ਅਲੱਗ ਹੋ ਜਾਂਦੇ ਹਨ। ਉਹ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਗਿਣ ਕੇ ਨਹੀਂ ਲੈਂਦੇ, ਇੰਨੀ ਵਾਰੀ ਨਾਮ ਲੈ ਲਿਆ ਗਿਣ ਲਿਆ, ਇੰਨੀ ਵਾਰੀ ਨਾਮ ਲੈ ਲਿਆ ਗਿਣ ਲਿਆ। ਗਿਣਤੀ ਦਾ ਸੂਚਕ ਸਾਡੇ ਕੋਲ ਜ਼ਿਆਦਾ ਮਾਲਾ ਹੀ ਹੈ, ਵੀ ਇੰਨੀ ਮਾਲਾ ਕਰ ਲਈਆ। ਗਿਣਤੀ ਤੋਂ ਬਾਹਰ ਦੀ ਗੱਲ ਕਰਦੇ, ਕਿਉਂਕਿ ਗਿਣਤੀ ਮਿਣਤੀ ਵਿੱਚ ਅਹੰਕਾਰ ਦੀ 100% ਭਾਵਨਾ ਬਣੀ ਰਹਿੰਦੀ ਹੈ। ਮੈਂ ਇੰਨਾ ਪਾਠ ਕਿਰੇ ਕਰਿਆ, ਇੰਨੇ ਜਪਜੀ ਸਾਹਿਬ ਦੇ ਪਾਠ ਕਿਰੇ, ਇੰਨੇ ਮਾਲਾ ਜਪੀਆਂ, ਹੰਕਾਰ ਆਉਂਦਾ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੀ ਗੱਲ ਸਮਝਾਈ, ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਜਨ ਨਹੀਂ ਕਹਿੰਦੇ ਫਿਰ ਲੇਖੇ ਜੋਖੇ ਦੇ ਵਿੱਚ ਪੈਂਦੇ, ਉਹ ਤਾਂ ਇੱਕ ਰਸ ਵਾਸ ਵਾਸ ਉਸ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਰੱਖਦੇ ਨੇ, ਪਰ ਗੁਰੂ ਵੱਲੋਂ ਦੱਸੀ ਮਰਿਆਦਾ ਮੁਤਾਬਕ ਜ਼ਿੰਦਗੀ ਗੁਜ਼ਾਰਦੇ ਨੇ। ਤੇ ਉਹ ਉਹਨਾਂ ਦਾ ਪਰਮਾਤਮਾ ਹੈ ਜਿਹੜਾ ਕਿਸੇ ਯੁੱਗ ਦਾ ਮੁਹਤਾਜ ਨਹੀਂ, ਵੀ ਸਤਯੁਗ ਵਿੱਚ ਸੀ ਕੇਵਲ, ਕਲਯੁਗ ਵਿੱਚ ਤਾਂ ਹੈ ਨਹੀਂ। ਯੁੱਗ ਨਹੀਂ ਸੀ ਬਣੇ ਤਾਂ ਵੀ, ਯੁੱਗ ਬਣ ਗਏ ਤਾਂ ਵੀ, ਯੁੱਗ ਨਾਸ ਹੋ ਜਾਣਗੇ, ਸੰਸਾਰ ਨਾਸ ਹੋ ਜਾਏਗਾ ਤਾਂ ਵੀ, ਪਰਮਾਤਮਾ ਨੇ ਸਦਾ ਰਹਿਣਾ ਹੈ। ਅਜਿਹੇ ਪਰਮਾਤਮਾ ਨੂੰ ਗੁਰਮੁਖ ਜਨ ਜਪਦੇ ਨੇ ਜਿਹਨੇ ਸੰਸਾਰ ਬਣਾਇਆ ਹੈ। ਫਿਰ ਭਾਈ ਸਾਹਿਬ ਜੀ ਕਹਿੰਦੇ ਨੇ, ਚਾਰ ਵਰਨ ਤੰਬੋਲ ਰਸ ਦੇਵ ਕਰੇਂਦਾ ਪਸ਼ੂ ਪ੍ਰੇਤ। ਗੁਰਮੁਖ ਜਨ ਕਹਿੰਦੇ ਚਾਰ ਵਰਨਾਂ ਨੂੰ ਇੱਕ ਵਰਨ ਕਰ ਦਿੰਦੇ ਨੇ। ਭਾਈ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਦੀ ਸਿਫਤ ਵਿੱਚ ਇਹ ਬਚਨ ਆਖਿਆ ਹੈ, ਚਾਰ ਵਰਨ ਇੱਕ ਵਰਨ ਕਰਾਇਆ। ਗੁਰੂ ਨਾਨਕ ਦੇਵ ਜੀ ਨੇ ਚਾਰੇ ਵਰਨਾਂ ਨੂੰ ਇਕੱਠਾ ਕਰ ਦਿੱਤਾ ਤੇ ਇਸ ਤਰ੍ਹਾਂ ਪੂਰਨ ਇੱਕ ਜਿਹੜਾ ਗੁਰਸਿੱਖ ਉਸ ਨੂੰ ਬਣਾਇਆ ਹੈ। ਜਿਵੇਂ ਆਟਾ ਚਿੱਟੇ ਰੰਗ ਦਾ ਹੈ, ਹਲਦੀ ਪੀਲੇ ਰੰਗ ਦੀ ਹੈ, ਦੋਨਾਂ ਨੂੰ ਮਿਲਾ ਦਈਏ ਆਪਸ ਵਿੱਚ
ਆਟੇ ਦਾ ਰੰਗ ਵੀ ਖਤਮ ਹੋ ਜਾਂਦਾ ਹੈ, ਹਲਦੀ ਦਾ ਰੰਗ ਵੀ ਖਤਮ ਹੋ ਜਾਂਦਾ, ਹੋਰ ਹੀ ਰੰਗ ਬਣ ਜਾਂਦਾ। ਕਬੀਰ ਜੀ ਨੇ ਸਲੋਕਾਂ ਦੇ ਵਿੱਚ ਇਹ ਗੱਲ ਆਖੀ ਹੈ, ਕਹਿੰਦੇ ਇਸ ਤਰ੍ਹਾਂ ਗੁਰਮੁਖ ਜਨ ਜਿਹੜੇ ਹਨ ਉਹ ਵਰਨਾਂ ਦੇ ਭੇਦ ਭਾਵ ਨੂੰ ਖਤਮ ਕਰ ਦਿੰਦੇ ਨੇ, ਕੋਈ ਵਰਨ ਦਾ ਰੰਗ ਰੂਪ ਨਹੀਂ ਰਹਿਣ ਦਿੰਦੇ, ਖਤਮ ਹੋ ਜਾਂਦਾ, ਇੱਕ ਹੋਰ ਹੀ ਵਰਨ ਬਣ ਜਾਂਦਾ ਹੈ, ਜਿਸ ਨੂੰ ਕਹਿ ਸਕਦੇ ਹਨ ਵੀ ਗੁਰਮੁਖ ਜਨਾਂ ਦਾ ਸੰਗ੍ਰਹਿ। ਇਸ ਕਰਕੇ ਜਿਵੇਂ ਆਟੇ ਦਾ ਰੰਗ ਵੀ ਖਤਮ, ਹਲਦੀ ਦਾ ਰੰਗ ਵੀ ਖਤਮ ਹੋ ਜਾਂਦਾ ਹੈ ਤੇ ਹੋਰ ਲਾਲ ਰੰਗ ਬਣ ਜਾਂਦਾ ਹੈ, ਇਵੇਂ ਕਹਿੰਦੇ ਹਰ ਇੱਕ ਵਰਨ ਦਾ ਰੂਪ ਰੰਗ ਸਾਰਾ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਮਿਟ ਜਾਂਦਾ ਹੈ। ਤੇ ਮਾਨੋ ਏਦਾਂ ਕਹਿ ਸਕਦੇ ਹਾਂ ਕਹਿੰਦੇ ਵੀ ਪਸ਼ੂਆਂ ਤੋਂ ਪ੍ਰੇਤਾਂ ਤੋਂ ਗੁਰਮੁਖ ਜਨਾਂ ਦੀ ਸੰਗਤ ਵਿੱਚ ਆ ਕੇ ਮਨੁੱਖ ਦੇਵੀ ਗੁਣਾਂ ਨਾਲ ਭਰਪੂਰ ਹੋ ਜਾਂਦੇ ਨੇ, ਦੇਵਤੇ ਬਣ ਜਾਂਦੇ। ਜਿਹੜੇ ਮਨੁੱਖ ਪਸ਼ੂਆਂ ਵਰਗੀ ਜ਼ਿੰਦਗੀ ਗੁਜ਼ਾਰਦੇ ਨੇ ਉਹ ਮਨੁੱਖ ਫਿਰ ਅਸਲ ਵਿੱਚ ਸੰਗਤ ਵਿੱਚ ਆ ਕੇ ਗੁਰਮੁਖਾਂ ਦੇ ਅਸਲੀ ਮਨੁੱਖ ਬਣਦੇ ਨੇ। ਦੇਖੋ ਨਾ, ਕਈ ਆਪਾਂ ਨੂੰ ਇਹੋ ਜਿਹੇ ਮਿਲਣਗੇ ਵੀ ਜਿਹੜੇ ਪਹਿਲਾਂ ਬਹੁਤ ਰੱਜ ਕੇ ਸ਼ਰਾਬ ਪੀਂਦੇ ਸੀ, ਛੱਡ ਦਿੱਤੀ ਉਹਨਾਂ ਨੇ। ਦਸ ਨੂੰ ਕਈ ਮਿਲੇ ਉਹ ਆਪਣੇ ਮੂੰਹ ਤੋਂ ਇਹ ਗੱਲ ਕਹਿੰਦੇ ਨੇ ਵੀ ਪਹਿਲਾਂ ਤਾਂ ਗਿਆਨੀ ਜੀ ਬਸ ਮੈਂ ਪਸ਼ੂ ਹੀ ਸੀ, ਬੰਦਾ ਤਾਂ ਹੁਣ ਬਣਿਆ। ਤੇ ਭਾਈ ਸਾਹਿਬ ਕਹਿੰਦੇ ਨੇ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਪਸ਼ੂ ਵਾਲੀ ਬਿਰਤੀ ਵਾਲੇ ਮਨੁੱਖ ਵੀ ਦੇਵਤੇ ਵਾਲੇ ਗੁਣਾਂ ਨੂੰ, ਦੈਵੀ ਗੁਣਾਂ ਨੂੰ ਧਾਰਨ ਕਰ ਲੈਂਦੇ। ਉਂਝ ਇਹ ਨਹੀਂ ਵੀ ਕਿਸੇ ਜਾਨਵਰ ਨੂੰ ਆਪਾਂ ਸੰਗਤ ਵਿੱਚ ਲੈ ਆਈਏ ਤੇ ਮਨੁੱਖ ਬਣ ਜਾਏਗਾ, ਅਜਿਹੀ ਗੱਲ ਨਹੀਂ ਹੈ, ਬਿਰਤੀ ਦੀ ਗੱਲ ਹੈ ਇੱਥੇ। ਅਖੀਰ ਵਿੱਚ ਕਹਿੰਦੇ ਨੇ ਫੱਕਰ ਦੇਸ਼ ਕਿਉਂ ਮਿਲੇ ਦਮੇਤੈ, ਫੱਕਰ ਦਾ ਅਰਥ ਹੈ ਫਕੀਰ, ਗੁਰਮੁਖ ਜਨ ਬੰਦਗੀ ਕਰਨ ਵਾਲੇ। ਕਹਿੰਦੇ ਕਿਉਂ ਮਿਲੇ ਦਮੇਤੈ, ਦਮੇਤਾ ਜਿਹੜਾ ਸ਼ਬਦ ਹੈ ਇਹ ਦਮੜੇ ਤੋਂ ਬਣਿਆ ਹੈ, ਭਾਵ ਮਾਇਆ। ਕਹਿੰਦੇ ਜਿਹੜੇ ਫੱਕਰ ਨੇ ਉਹਨਾਂ ਦੇ ਕੋਲ ਮਾਇਆ ਨਹੀਂ ਆ ਸਕਦੀ ਦੁਖਦਾਈ ਰੂਪ ਲੈ ਕੇ, ਤੇ ਗੁਰਮੁਖ ਜਿਹੜੇ ਹਨ ਮਾਇਆ ਦੇ ਘਰ ਨਹੀਂ ਜਾਂਦੇ। ਜਿਵੇਂ ਆਰੰਭ ਵਿੱਚ ਸੀ ਬਚਨ ਵੀ ਸੂਰਜ ਜਿਹੜਾ ਹੈ ਉਹ ਚੰਦਰਮਾ ਦੇ ਘਰ ਆ ਜਾਵੇ ਤਾਂ ਸ਼ਾਂਤੀ, ਤੇ ਸੂਰਜ ਦੇ ਘਰ ਚੰਦਰਮਾ ਚਲੇ ਜਾਏ ਤਾਂ ਜਗਤ ਵਿੱਚ ਸ਼ਾਂਤੀ ਵਰਤਦੀ ਹੈ। ਕਹਿੰਦੇ ਗੁਰਮੁਖ ਜਨ ਮਾਇਆ ਦੇ ਘਰ ਨਹੀਂ ਜਾਂਦੇ, ਮਾਇਆ ਉਹਨਾਂ ਦੇ ਘਰ ਆਉਂਦੀ ਹੈ ਪਵਿੱਤਰ ਹੋਣ ਲਈ, ਸਫਲ ਹੋਣ ਲਈ, ਪਰ ਗੁਰਮੁਖ ਜਨ ਮਾਇਆ ਨੂੰ ਵਰਤਦੇ ਨੇ ਪਰਉਪਕਾਰ ਦੀ। ਇਹ ਪੌੜੀ ਦਾ ਮੁੱਖ ਭਾਵ ਇਹੀ ਹੈ ਵੀ ਗੁਰਮੁਖ ਜਨ ਹਰ ਪ੍ਰਕਾਰ ਦੇ ਨਾਲ ਪਰਉਪਕਾਰ ਕਰਦੇ ਨੇ ਤੇ ਇਸ ਤਰ੍ਹਾਂ ਜੀਵਨ ਸਫਲ ਕਰ ਲੈਂਦੇ ਨੇ। ਗੁਰੂ ਜੀ ਮਿਹਰ ਕਰਨ, ਇਹ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਦਾ ਵੱਸ ਜਾਏ। ਹੋਈਆਂ ਭੁੱਲਾਂ ਤੋਂ ਖਿਮਾ ਜੀ, ਆਓ ਗੁਰੂ ਫਤਿਹ ਜੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।